ਦਰਖਤ ਹੈਗਾ ਜਿਹਦੇ 'ਚ ਫੌਜੀ ਬਾਬਾ ਮੋਦਨ ਸਿੰਘ ਜੀ ਪੈਂਦੇ ਹੁੰਦੇ ਸੀ, ਜਿਨ੍ਹਾਂ ਨੇ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਖੋਜ ਕੀਤੀ ਸੀ। ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ। ਕੱਲ੍ਹ ਦੇ ਬਲੌਗ 'ਚ ਤੁਸੀਂ ਦੇਖਿਆ ਆਪਾਂ ਗੋਬਿੰਦ ਘਾਟ ਤੋਂ ਚੱਲ ਕੇ ਗੋਬਿੰਦ ਧਾਮ ਨੂੰ ਚੱਲੇ ਸੀ। ਰਸਤੇ ਜਦ ਵਿਚਾਲੇ ਇੱਥੇ ਖੜ੍ਹੇ ਹੈਗੇ ਅਤੇ ਇੱਥੋਂ ਦਾ ਅੱਜ ਦਾ ਅਗਲਾ ਸਫ਼ਰ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਅਤੇ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾ ਜ਼ਰੂਰ ਦੇਖਿਓ। ਅਤੇ ਬਹੁਤ ਸੋਹਣਾ ਮਾਹੌਲ ਰਹਿਣ ਵਾਲਾ ਅਤੇ ਕੁਦਰਤ ਦੀ ਗੋਦ ਦੇ ਵਿੱਚ ਆਏ ਹੋਏ ਹਾਂ। ਅਤੇ ਇੱਧਰ ਬਰਫ਼ਾਂ ਲੱਦੀਆਂ ਹੋਈਆਂ ਚੋਟੀਆਂ, ਅਤੇ ਜਿਹੜੀਆਂ ਆਪਾਂ ਕੱਲ੍ਹ ਨੂੰ ਇਹਨਾਂ ਚੋਟੀਆਂ ਦੇ ਵਿੱਚ ਹੋਵਾਂਗੇ। ਅਤੇ ਫਿਲਹਾਲ ਵੱਢਦੇ ਹਾਂ ਬਾਟਾਂ ਅੱਗੇ ਨੂੰ, ਨੌਜਵਾਨ ਇੱਧਰੋਂ ਤਾਹਾਂ ਚੜ੍ਹਦੇ ਹਾਂ ਅਤੇ ਉਹ ਪੁਲ ਕ੍ਰੋਸ ਕਰਕੇ ਉੱਪਰ ਪਹੁੰਚਦੇ ਹਾਂ ਗੋਬਿੰਦ ਧਾਮ। ਅਤੇ ਧੰਨਵਾਦ, ਦੇਖਿਓ ਜ਼ਰੂਰ ਐਂਡ ਤੱਕ, ਅਤੇ ਹੋ ਸਕਦਾ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅਤੇ ਮੇਰਾ ਮਿੱਤਰ ਨਾਲ ਦਾ ਇੱਥੇ ਗੇੜੇ ਗੱਪੇ ਜੀ ਖਾਂਦਾ ਖਾਂਦਾ ਉੱਥੇ ਨਾਲ ਅੱਗੇ ਟੱਪ ਗਿਆ, ਅਤੇ ਖੈਰ ਬਹੁਤ ਸੋਹਣਾ ਨਜ਼ਾਰਾ ਕੁਦਰਤ ਦਾ। ਵਾਹਿਗੁਰੂ ਜੀ। ਸਮਾਂ ਹੋਇਆ ਇਸ ਵਕਤ 1:15 ਦਾ। ਕੱਲ੍ਹ ਆਪਾਂ ਇੱਥੇ ਬਲੌਗ ਦੀ ਸਮਾਪਤੀ ਕਰਕੇ ਇੱਥੋਂ ਅੱਜ ਬਲੌਗ ਦੁਬਾਰੇ ਸ਼ੁਰੂ ਕਰਿਆ, ਅਤੇ ਆਹ ਢਾਬੇ 'ਤੇ ਰੁਕ ਕੇ ਫਿਲਹਾਲ ਇੱਥੇ ਅੱਧਾ ਅੱਧਾ ਕੁ ਪਰੌਂਠਾ ਖਾਂਦੇ ਹਾਂ। ਬਾਹਲਾ ਪਰੌਂਠਾ ਵੀ ਨਹੀਂ ਖਾਣਾ, ਮਤਲਬ ਬਾਹਲਾ ਭਾਰੀ ਹੋ ਜਾਂਦਾ ਕੰਮ, ਉਹ ਵੀ ਨਹੀਂ ਆਪਾਂ ਫਿਰ ਚੰਗਾ ਨਹੀਂ ਰਹਿੰਦਾ, ਅੱਗੇ ਬਾਟ ਨਿਬੇੜ ਨਹੀਂ ਹੁੰਦੀ ਹੈਗੀ। ਅਤੇ ਉਹ ਸਾਹਮਣੇ ਵਾਲੇ ਪੁਲ ਦੀ ਗੱਲ ਕਰਦੇ ਸੀਗੇ, ਉਹਦੇ ਉੱਤੇ ਦੇ ਟੱਪਾਂਗੇ। ਉਹਦੇ ਉੱਤੇ ਟੱਪਣ ਵਾਸਤੇ ਪਿੱਛੋਂ ਇੱਕ ਰਸਤਾ ਪਾਟਦਾ ਗਾ। ਕੱਲ੍ਹ ਅਸੀਂ ਥੱਲੇ ਦੀ ਆ ਗਏ ਸੀਗੇ ਜਿੱਥੇ ਕੱਲ੍ਹ ਵਾਲੇ ਬਲੌਕ 'ਚ ਬੈਠ ਕੇ ਚਨੇ ਖਾਧੇ ਸੀਗੇ, ਅਤੇ ਉੱਥੋਂ ਇਹ ਰਸਤਾ ਉੱਪਰ ਦੀ ਆਉਂਦਾ ਸੀਗਾ। ਦੋਨੇ ਰਸਤੇ 'ਤੇ ਯਾਤਰੀ ਆਉਂਦੇ ਆ, ਆਪਾਂ ਥੱਲੇ ਵਾਲੇ ਰਸਤੇ 'ਤੇ ਆਏ, ਹੁਣ ਆਪਾਂ ਪੁਲ ਦੇ ਥੱਲੋਂ ਦੀ ਕ੍ਰੋਸ ਕਰਾਂਗੇ। ਅਤੇ ਇੱਥੋਂ ਗੋਬਿੰਦ ਧਾਮ 4 ਕਿਲੋਮੀਟਰ ਬਾਕੀ ਆ। ਇਹ ਭੰਡਾਰ ਗਾਂਵ ਹੈਗਾ, ਪਿੱਛੇ ਵੀ ਆਪਾਂ ਕੱਲ੍ਹ ਖੜ੍ਹੇ ਸੀ ਭੰਡਾਰ ਕੋਲ, ਅਤੇ ਠੀਕ ਆ ਇੱਥੋਂ ਮਾਹੌਲ। ਖੈਰ ਖਾਣਾ ਛੱਕ ਕੇ ਅੱਗੇ ਨਿਕਲਦੇ ਹਾਂ ਅਤੇ ਵਾਟਾਂ ਨਿਬੇੜਦੇ ਹਾਂ। ਹੈ ਚਾਹ ਵੀ ਪੀਵਾਂ ਯਾਰ ਬਾਈ, ਪਰੌਂਠੇ ਦੇ ਨਾਲ ਹੀ ਦੇ ਦੋਗੇ ਚਾਹ? ਕਿ ਟਾਈਮ ਲੱਗ ਜੂਗਾ? ਮਿੱਠਾ ਨਾ ਵਾਲਾ ਪਾਈ, ਪੱਤੀ ਵੱਧ ਪਾ ਦੀ ਥੋੜ੍ਹੀ ਜਿਹੀ। ਲਿਆ ਬਾਈ ਜਿਉਣ ਜੋਗਿਆ। ਵਾਹਿਗੁਰੂ। ਹਾਂ, ਢਾਬੇ ਤੋਂ ਖਾ ਕੇ ਪਰੌਂਠੇ ਅੱਗੇ ਨੂੰ ਚਾਲੇ ਪਾ ਲਿਆ, ਅਤੇ ਪਰੌਂਠਾ ਇਹਨਾਂ ਨੇ ਦਿੱਤਾ 60 ਰੁਪਈਆਂ ਦਾ ਅਤੇ 20 ਰੁਪਈਆਂ ਦੀ ਚਾਹ। ਅਤੇ ਐਲੀਵੇਸ਼ਨ ਇਸ ਵੇਲੇ ਹੈਗਾ ਆਪਣਾ 2500 ਮੀਟਰ, 2550 ਮੀਟਰ ਦੀ ਉਚਾਈ 'ਤੇ ਇਸ ਟਾਈਮ ਨੌਜਵਾਨ ਤੁਰੇ ਜਾ ਰਹੇ ਅੱਗੇ। ਅਤੇ ਲਗਭਗ 3.5 ਘੰਟੇ 'ਚ ਕੱਲ੍ਹ ਅਸੀਂ ਇੱਥੋਂ ਤੱਕ ਪਹੁੰਚੇ ਸੀਗੇ, ਲੱਗ ਜਾਣਗੇ 2.5 ਘੰਟੇ ਸੰਦੀਪ ਹੋਰ, ਹੈ ਨਾ? 2-2.5 ਘੰਟਿਆਂ 'ਚ ਅੱਗੇ ਹਜੇ ਅਸੀਂ ਪਹੁੰਚਾਂਗੇ ਆਰਾਮ ਨਾਲ। ਹਾਂ, ਟੋਟਲ ਜੇ ਤੁਸੀਂ 1 ਦਿਨ 'ਚ ਮਤਲਬ ਇਹ ਜਿਹੜੀ ਆ ਇੱਥੋਂ ਚੱਲ ਕੇ ਪਹੁੰਚਦੇ ਹੋ, 8 ਘੰਟਿਆਂ 'ਚ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਪਹੁੰਚ ਜਾਂਦੇ ਹੋ। ਉਹ ਸਾਹਮਣੇ ਵਾਲੇ ਪੁਲ ਦੇ ਥੱਲੋਂ ਦੀ ਲੰਘ ਕੇ ਆਪਾਂ ਇਸ ਪਾਸੇ ਦੀ ਆ ਕੇ ਇੱਧਰ ਦੀ ਚੜ੍ਹਾਈ ਚੜ੍ਹੇ ਹਾਂ। ਅਤੇ ਨੌਜਵਾਨ ਸੰਦੀਪ ਸਿੰਘ ਮਿੱਠਾ ਮੁਸਕਰਾਉਂਦਾ ਹੋਇਆ, ਅਤੇ ਉਹ ਜਿਹੜਾ ਪੁਲ ਆਉਂਦਾ ਗਾ ਉੱਧਰ ਦੀ ਸ਼ਾਰਟਕੱਟ ਰਸਤਾ ਸੀਗਾ ਉਹ ਬਾਈ, ਪਿੱਛੋਂ ਜਿਹੜੇ ਆਪਣਾ ਉਹ ਪਿਛਲੇ ਪਿੰਡ ਤੋਂ ਦੱਸਿਆ ਸੀ ਆਪਾਂ, ਅਤੇ ਉੱਥੋਂ ਇੱਧਰ ਦੀ ਆ ਕੇ ਉਹ ਰਾਹ ਇੱਥੇ ਆ ਜਾਂਦਾ ਗਾ। ਅਤੇ ਇੱਧਰ ਵਾਲਾ ਰਸਤੇ 'ਚ ਠੀਕ ਆ, ਉੱਧਰ ਦੀ ਇੱਕਦਮ ਖੜਮੀ ਚੜ੍ਹਾਈ ਪੈਂਦੀ ਆ, ਅਤੇ ਪਰ ਸਾਨੂੰ ਪਤਾ ਨਹੀਂ ਸੀ, ਸਾਨੂੰ ਪਤਾ ਹੁੰਦਾ ਸੀ ਉੱਧਰ ਦੀ ਆਉਂਦੇ ਥੋੜ੍ਹਾ ਜਿਹਾ ਸ਼ਾਰਟਕੱਟ ਰਸਤਾ ਤਾਂ ਹੈ, ਐਨਰਜੀ ਵੀ ਵੱਧ ਖਾਂਦਾ, ਜ਼ੋਰ ਵੱਧ ਲੱਗਦਾ,
ਪਰ ਥੋੜ੍ਹਾ ਜਿਹਾ ਉਹਦੇ 'ਚ ਸਮਾਂ ਬਚ ਜਾਂਦਾ ਅਤੇ ਪਰ ਅਸੀਂ ਠਰਮੇ ਨਾਲ ਚੱਲ ਰਹੇ ਹਾਂ ਮੜਕ ਨਾਲ ਆਪਦਾ ਚਾਰੇ ਪਾਸੇ ਕੁਦਰਤ ਦਾ ਨਜ਼ਾਰਾ ਦੇਖਦੇ ਹੋਏ। ਦੋ ਬੰਦੇ ਆ ਦੋਨਾਂ ਦੀ ਰਚਕ ਜੀ ਮਿਲ ਜਾਂਦੀ ਹੁੰਦੀ ਹੈ ਜਦੋਂ ਦੋ ਜਣੇ ਹੁੰਦੇ ਆ ਤਾਂ ਫਿਰ ਜਿੱਥੇ ਜੀ ਕਰਦਾ ਉੱਥੇ ਜੇ ਖੜ ਜਾਂਦੇ ਹਾਂ ਜਿੱਥੇ ਜੀ ਕਰਦਾ ਆਪਦੀ ਗੱਡੀ ਹੱਕ ਲੈਂਦੇ ਹੈਗੇ। ਹੈ ਸੰਦੀਪ ਹੁਣ ਇੰਨੀਆਂ ਸੁਵਿਧਾਵਾਂ ਹੋ ਗਈਆਂ ਮੈਂ ਕਿਹਾ ਹੁਣ ਵੀ ਇੰਨਾ ਚੜ੍ਹਨਾ ਕਿੰਨਾ ਔਖਾ ਲੱਗਦਾ ਉਹਨਾਂ ਸਮਿਆਂ 'ਚ ਕਿਵੇਂ ਚੜ੍ਹਦੇ ਹੋਣਗੇ। ਹੁਣ ਤਾਂ ਬਈ ਮੈਪ ਨਾਲੇ ਨਕਸ਼ੇ ਸੌ ਸੁਵਿਧਾ ਹੁਣ ਅਤੇ ਹੁਣ ਇਹਨਾਂ ਰਾਹਾਂ 'ਚ ਬਈ ਗੁਰੂ ਜੀ ਉਦੋਂ ਕਿਵੇਂ ਟੱਪੇ ਹੋਣਗੇ ਇਹ ਸੋਚਣ ਵਾਲੀ ਗੱਲ ਆ। ਸੰਘਣੇ ਜੰਗਲਾਂ 'ਚ ਯੋਧੇ ਹੁੰਦੇ ਸੀ ਤਗੜੀਆਂ ਖੁਰਾਕਾਂ ਹੁੰਦੀਆਂ ਸੀ। ਚੱਲ ਆ ਜਾ ਅੱਗੇ ਬੰਦਿਆਂ 'ਚ ਬੜਾ ਫਰਕ ਪੈ ਗਿਆ। ਹਾਂ ਬੰਦਿਆਂ 'ਚ ਫਰਕ ਪੈ ਗਿਆ, ਬੰਦੇ ਵੀ ਪਹਿਲਾਂ ਵਾਲੇ ਨਹੀਂ ਰਹੇ, ਨੌਜਵਾਨ ਵੀ ਪਹਿਲਾਂ ਵਾਲੇ ਨੌਜਵਾਨ ਨਹੀਂ ਰਹੇ ਹੁਣ। ਅਤੇ ਖੈਰ ਕੱਲ੍ਹ ਇੱਕ ਬਾਈ ਕਹਿੰਦਾ ਸੀਗਾ ਕਿ ਬਈ ਯਾਤਰਾ ਤਾਂ ਵੀ ਮਈ ਜੂਨ 'ਚ ਹੁੰਦੀ ਆ, ਤੁਸੀਂ ਇਸ ਸਮੇਂ ਕਿਵੇਂ ਚੱਲੇਗੇ? ਇਹ ਯਾਤਰਾ ਦੇ ਬਈ ਆਖਰੀ ਦਿਨ ਨੇਗੇ, ਸਮਾਪਤ ਹੋ ਜੂ ਯਾਤਰਾ, ਰਸਤਾ ਬੰਦ ਹੋ ਜੂਗਾ 10 ਅਕਤੂਬਰ ਨੂੰ। ਕੱਲ੍ਹ ਜਾਂ ਪਰਸੋਂ ਤੱਕ ਐਂਟਰੀ ਹੋਣੀ ਬਸ ਰਿਸ਼ੀਕੇਸ਼ ਤੋਂ, ਉਦੋਂ ਬਾਅਦ ਉੱਥੋਂ ਬੰਦ ਕਰ ਦਿਆ। ਠੀਕ ਹੈ ਜੀ, ਅਤੇ ਪਿੱਛੋਂ ਰਿਸ਼ੀਕੇਸ਼ ਤੋਂ ਐਂਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਪਰਸੋਂ ਕੁ ਤੱਕ। ਅੱਜ ਹੈਗੀ ਹੈਗੀ 5 ਅਕਤੂਬਰ 2024 ਅਤੇ ਬਸ ਇਹ ਆਖਰੀ ਦਿਨਾਂ 'ਚ ਅਸੀਂ ਆਏ ਆ ਗਏ ਕੁਛ ਤਾਂ ਵੀ ਹੁਣ ਘੱਟ ਹੋਊ ਭੀੜ। ਸੰਗਤ ਮਈ ਜੂਨ 'ਚ ਬਾਹਲੀ ਆਉਂਦੀ ਆ, 25 ਮਈ ਨੂੰ ਰਸਤਾ ਖੁੱਲ੍ਹਦਾ ਗਾ ਅਤੇ ਮਈ ਜੂਨ 'ਚ ਚੱਲਦਾ ਇਹ ਵਧੀਆ ਯਾਤਰਾ ਚੱਲਦੀ ਆ। ਅਤੇ ਜੂਨ ਜੁਲਾਈ 'ਚ ਕੰਮ ਥੋੜ੍ਹਾ ਮੱਠਾ ਪੈ ਜਾਂਦਾ ਮੀਂਹਾਂ ਕਰਕੇ, ਹਾਂ ਬਾਰਿਸ਼ਾਂ ਕਰਕੇ ਮੱਠਾ ਪੈ ਜਾਂਦਾ। ਅਤੇ ਫਿਰ ਹੁਣ ਇਹ ਅਕਤੂਬਰ 'ਚ ਸਮਾਪਤੀ ਹੋ ਜੂ ਇੱਕ ਵਾਰੀ ਇਹਦੀ, ਤਾਂ ਅਗਲੇ ਸਾਲ ਫਿਰ 25-26 ਮਈ 'ਤੇ ਜਾ ਪੈਂਦੀ ਆ ਗੱਲ। ਅਤੇ ਫਿਲਹਾਲ ਬਾਟਾ ਨਵੇੜ ਦੀ ਸੰਗਤ ਹੌਲੀ ਹੌਲੀ ਅੱਗੇ ਵਧੀ ਜਾਂਦੀ ਆ। ਸੰਗਤ ਹੁਣ ਵੀ ਅੱਜ ਵੀ ਬਹੁਤ ਆਈ ਆ ਸੰਦੀਪ, ਮੈਨੂੰ ਲੱਗਦਾ ਸੰਗਤ 2 ਵਜੇ ਤੱਕ ਐਂਟਰੀ ਹੁੰਦੀ ਆ ਬਈ ਇੱਥੋਂ, ਹੋ ਜੂ ਮੈਨੂੰ 700-800 ਦੇ ਲਵੇ ਅੱਜ ਦੀ ਯਾਤਰਾ ਹੀ। ਹਾਂ ਅਤੇ 2 ਵਜੇ ਤੱਕ ਐਂਟਰੀ ਹੁੰਦੀ ਆ ਉੱਥੋਂ ਗੋਬਿੰਦ ਘਾਟ ਤੋਂ, ਉਸ ਤੋਂ ਬਾਅਦ ਐਂਟਰੀ ਬੰਦ ਆ। ਹਾਂ ਜਦੋਂ ਯਾਤਰਾ ਪੂਰੇ ਬਈ ਇਹ ਜ਼ੋਰ 'ਤੇ ਹੁੰਦੀ ਆ ਉਦੋਂ 5000 ਯਾਤਰੀ ਲਗਭਗ ਰੋਜ਼ ਯਾਤਰਾ ਕਰਨ ਆਉਂਦੇ ਆ ਉੱਥੋਂ ਨਿਕਲਦੇ ਆ ਗੋਬਿੰਦ ਘਾਟ ਤੋਂ, ਅਤੇ ਉਦੋਂ ਭੀੜ ਬਹੁਤ ਹੁੰਦੀ ਆ। ਅਤੇ ਹੁਣ ਲਗਭਗ ਇਹਨਾਂ ਦਿਨਾਂ 'ਚ ਇਹ ਕਹਿ ਸਕਦੇ ਹਾਂ 800-1000 ਯਾਤਰੀ ਰੋਜ਼ ਯਾਤਰਾ ਕਰ ਰਹੇ ਇੱਥੇ। ਅਤੇ ਆ ਬਈ ਘੋੜੇ ਵਾਲੇ ਜਿਹੜੇ 1900 ਰੁਪਇਆ ਮੰਗਦੇ ਹੁੰਦੇ ਹੈਗੇ ਇੱਕ ਯਾਤਰੀ ਨੂੰ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਪਹੁੰਚਾਉਣ ਦਾ। ਅਤੇ ਜੇ ਹਾਂ ਉੱਥੋਂ ਇਹ ਯੂਨੀਅਨ ਆ ਇਹਨਾਂ ਦੀ, ਜਿਵੇਂ ਟੈਕਸੀ ਸਟੈਂਡ ਹੁੰਦਾ ਗਾ ਜਦੋਂ ਗੋਬਿੰਦ ਘਾਟ ਤੋਂ ਥੋੜ੍ਹੇ ਅੱਗੇ ਆਉਂਦੇ ਆ ਉੱਥੇ 1900 ਮੰਗਦੇ, ਜੇ ਥੋੜ੍ਹੇ ਅੱਗੇ ਰਾਹ 'ਚੋਂ ਆ ਕੇ ਘੋੜਾ ਕਰਾਉਂਦੇ ਆ ਫਿਰ ਇਹ ਘੱਟ ਜਾਂਦੇ ਆ 2400। ਹਾਂ ਅੱਗੇ ਆ ਕੇ 1000 'ਚ, ਉੱਥੇ ਫਿਰ ਯੂਨੀਅਨ ਚੱਕਲੇ ਪੈਂਦਾ ਹੈ। ਠੀਕ ਆ ਬਾਈ, ਜੇ ਕਿਸੇ ਵੀਰ ਨੂੰ, ਹਾਂ ਕਿਸੇ ਵੀਰ ਦੀ ਕੋਈ ਮਜਬੂਰੀ ਹੁੰਦੀ ਆ ਜਿਵੇਂ ਬਜ਼ੁਰਗ ਹੁੰਦੇ ਆ ਜਾਂ ਬੱਚੇ ਹੁੰਦੇ ਆ ਅਤੇ ਉਹਨਾਂ ਨੇ ਘੋੜਾ ਕਰਾਉਣਾ ਹੁੰਦਾ ਤਾਂ ਅੱਗੇ ਆ ਕੇ ਕਰਾਇਆ ਕਰੋ ਥੋੜ੍ਹੇ। ਉੱਥੋਂ ਗੋਬਿੰਦ ਘਾਟ ਤੋਂ ਚੱਲ ਕੇ 4 ਕਿਲੋਮੀਟਰ ਉੱਤੇ ਗੱਡੀਆਂ ਆਉਂਦੀਆਂ ਨੇ, ਗੱਡੀਆਂ ਤੋਂ ਅੱਗੇ ਇਹ ਪੈਦਲ ਯਾਤਰਾ ਸ਼ੁਰੂ ਹੁੰਦੀ ਆ। 9 ਕਿਲੋਮੀਟਰ ਦਾ ਹੁਣ ਇਹ ਅੱਜ ਇਹ ਸਫ਼ਰ ਆਪਾਂ ਕਰ ਰਹੇ ਹਾਂ ਤੁਰ ਕੇ ਗੋਬਿੰਦ ਧਾਮ ਤੱਕ। ਅੱਗੇ ਕਹਿੰਦੇ ਭਾਈ ਘਣਾ ਜੰਗਲ ਆ, ਸੰਘਣਾ ਜੰਗਲ ਆ ਅਤੇ ਜਾਨਵਰੀ ਜੰਗਲੀ ਜਾਨਵਰਾਂ ਦਾ ਪ੍ਰਭਾਵਿਤ ਖੇਤਰ ਆ।
ਤੇ ਆਹ ਨੰਬਰ ਨੇ, ਕਹਿੰਦੇ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਕੋਈ ਦਿੱਕਤ ਹੁੰਦੀ ਆ ਤਾਂ ਉੱਤਰਾਖੰਡ ਪੁਲਿਸ। ਬਾਪੂ ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਆਈ ਸੰਗਤ ਜੀ? ਜੰਮੂ ਚੋਂ। ਜੰਮੂ ਚੋਂ, ਵਾਹ ਜੀ ਵਾਹ। ਕਿੰਨੀ ਉਮਰ ਹੈ ਜੀ? 67 ਸਾਲ। ਵਾਹ ਜੀ ਵਾਹ, ਤੁਹਾਡੇ ਵਰਗੇ ਬਜ਼ੁਰਗਾਂ ਨੂੰ ਦੇਖ ਕੇ ਸਾਡੇ ਵਰਗਿਆਂ ਦਾ ਹੋਰ ਹੌਂਸਲਾ ਵੱਧ ਜਾਂਦਾ। ਪਹਿਲੀ ਵਾਰੀ ਆਏ ਜੀ? ਠੀਕ ਹੈ ਜੀ, ਸਾਈਡ 'ਤੇ ਹੋ ਜੀ ਮਾੜਾ ਜੀ। ਵਾਹਿਗੁਰੂ ਜੀ, ਅਤੇ ਕੱਲ੍ਹ ਵਾਲੇ ਸਾਥੀ ਆਪਣੇ ਰਾਹਾਂ 'ਚ ਆਪਾਂ ਨੂੰ ਮਿਲੀ ਜਾਂਦੇ ਆ। ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਆ ਭਾਈ ਸਾਹਿਬ? 7 ਵਜੇ ਨਿਕਲੇ ਆਪਾਂ। 7 ਵਜੇ ਨਿਕਲੇ ਤੁਸੀਂ? ਅਸੀਂ 9 ਵਜੇ ਚੜ ਗਈ ਮੇਰੇ ਫੇਰ ਦੀ। ਅੱਛਾ, ਹੁਣ ਕੀ ਕਰੀਏ? ਕੋਈ ਨਾ, ਬਸ ਹੋ ਜੂ ਸਹੀ, 2 ਮਿੰਟ ਰੈਸਟ ਕਰੋ। ਜ਼ਿਆਦਾ ਟਾਈਮ ਰੈਸਟ ਲਓਗੇ ਸਰੀਰ ਵੀ ਠੰਡਾ ਹੋ ਜਾਂਦਾ ਫਿਰ ਸ਼ੁਰੂ ਤੋਂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਭਲਾ ਕਰੇ ਜੀ ਸਾਰਿਆਂ ਦਾ। ਧੰਨਵਾਦ ਜੀ, ਮਿਹਰਬਾਨੀ ਜੀ। ਹੁਣ ਚੱਲੀਏ ਕਿ ਤੁਸੀਂ ਖੜਨਾ ਜੀ ਇੱਥੇ? ਠੀਕ ਹੈ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਬਾਈ ਜੀ, ਕੁਛ ਫਰਮਾਉਂਗੇ ਚੰਦ ਸ਼ਬਦ? ਅਤੇ ਇਹ ਵੀਰ ਝਾੜੂਆਂ ਵਾਲੇ ਰਸਤਾ ਸਾਫ ਕਰਦੇ ਹੁੰਦੇ ਨੇ ਇੱਥੇ, ਰਾਹਾਂ 'ਚ ਤੁਹਾਨੂੰ ਆਮ ਹੀ ਮਿਲ ਜਾਣਗੇ ਜੇ ਤੁਸੀਂ ਹੇਮਕੋਟ ਸਾਹਿਬ ਇੱਧਰ ਯਾਤਰਾ ਕਰਨ ਆਉਂਗੇ। ਅਤੇ ਇਹ ਕਈ ਵਾਰੀ ਅਸੀਂ ਨੋਟ ਕਰ ਲਈ ਗੱਲ, ਇਹ ਕੀ ਕਰਦੇ ਹੈਗੇ ਰਸਤਾ ਦੇਖ ਲਓ ਕਿੰਨਾ ਕੁ ਸਾਫ਼ ਹੋਏ, ਪੱਤੇ ਪੁੱਤੇ ਉਵੇਂ ਸਾਫ਼, ਲਿੱਦਾਂ ਇਹਨਾਂ ਦੀ ਖੱਚਰਾਂ ਦੀ ਖੰਡੀ ਹੋਈ ਉਵੇਂ ਪਈ ਹੁੰਦੀ ਆ। ਇਹ ਕੀ ਕਰਦੇ ਆ ਮੋੜ, ਜੇ ਤੋਂ ਜਦੋਂ ਦੇਖ ਲੈਂਦੇ ਆ 4 ਬੰਦੇ ਆ ਜਾਂਦੇ ਉਦੋਂ ਝਾੜੂ ਜਿਹਾ ਮਾਰਨਾ ਸ਼ੁਰੂ ਕਰ ਦਿੰਦੇ ਆ। ਵਾਹਿਗੁਰੂ ਭਲਾ ਕਰੇ ਗਏ ਕਿ ਉਹਦੇ 4 ਰੁਪਈਏ ਜੋੜ ਲੈਂਦੇ ਹੈਗੇ। ਕਿਉਂ ਭਾਈ ਇਹੀ ਗੱਲ ਆ ਨਾ? ਹਾਂਜੀ ਪਾਸੇ ਜੇ ਮਾਰ ਦੇਣ। ਹਾਂ ਇਹ ਵੀ ਗੱਲ ਹੈ, ਇਹ ਖੱਚਰ ਵੀ ਉਹਨੇ ਥਕਾ ਦਿੰਦੀ ਆ। ਠੀਕ ਹੋ ਬਾਈ ਜੀ? ਆ ਜਾਓ ਜੀ ਮਹਾਰਾਜ ਜੀ, ਮੇਰੀ ਚਾਹੀਦੀ ਬਾਈ। ਹਾਂਜੀ, ਹਾਂ, ਜਿੰਨੇ ਯਾਤਰੂ ਆਉਂਦੇ ਇੱਥੇ ਹਰੇਕ ਤਰ੍ਹਾਂ ਦੀ, ਹਰੇਕ ਬੰਦੇ ਨੂੰ ਆਪਣੀ ਲੋੜ ਦੇ ਮੁਤਾਬਕ ਸਹੂਲਤ ਮਿਲ ਜਾਂਦੀ ਆ। ਖੱਚਰ ਦੀ ਆ, ਬੈਂਗੀ ਦੀ, ਬਾਸਕਿਟ ਦੀ। ਬਾਸਕਿਟ 'ਚ ਵੀ ਇਹ ਬੰਦੇ ਬਿਠਾ ਕੇ ਲੈ ਜਾਂਦੇ ਆ ਬਾਈ, ਉਹਦਾ ਅਲੱਗ ਅਲੱਗ ਤਰ੍ਹਾਂ ਦਾ ਅਲੱਗ ਅਲੱਗ ਖਰਚਾ ਹੈਗਾ। ਅਤੇ ਉੱਤੇ ਥੋੜ੍ਹਾ ਜੂਮ ਕਰਕੇ ਦੇਖੀਏ ਤਾਂ ਮਖਿਆਲ ਲੱਗਿਆ ਹੋਇਆ ਹੈਗਾ, ਤਾਂ ਬਹੁਤ ਵੱਡੇ ਵੱਡੇ ਛੱਤੇ ਹੈਗੇ, 6 ਛੱਤੇ ਤਾਂ ਖਾਲੀ ਹੈਗਾ, ਇੱਕ 'ਚ ਅਜੇ ਹੈਗੀਆਂ ਮੱਖੀਆਂ, ਘਰ ਪਾਈ ਬੈਠੀਆਂ ਨਹੀਂ ਆ। ਹਾਂ, ਅਤੇ ਇਹ ਨੇ ਭਾਈ ਪਹਾੜੀ ਨੌਜਵਾਨ, 1, 2, 3, 4, 5 ਬੈਗ ਨੌਜਵਾਨ ਨੇ ਆਪਣੀ ਬਾਸਕਟ ਦੇ ਵਿੱਚ ਟੰਗੇ ਹੋਏ ਨੇਗੇ। ਅਤੇ ਇਹਨਾਂ ਨੂੰ ਪੋਟਰ ਕਹਿ ਦਿੰਦੇ ਆ, ਅਤੇ ਮਤਲਬ ਕਿਰਾਏ ਭਾੜੇ 'ਤੇ ਲੈ ਕੇ ਜਾਂਦੇ ਬੈਗ ਚੱਕ ਕੇ, ਜਿਵੇਂ 4-5 ਜਣੇ ਨੇ ਇਕੱਠਿਆਂ ਨੇ। ਆਹ ਬਾਈ ਨਾਲ ਗੱਲਬਾਤ ਕਰ ਲਿਓ, ਇਹ 2000 ਰੁਪਇਆ ਕਹਿੰਦਾ ਅਸੀਂ ਭਾਈ ਲੈਂਦੇ ਹਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਦਾ, ਅਜੇ ਆਪਣਾ ਸਮਾਨ ਪਹੁੰਚਾਉਣਾ ਹੈਗਾ। ਪਰਲਾ ਹੈ ਠੰਡਾ, 5-7 ਮਿੰਟਾਂ 'ਚ ਸੈੱਟ ਹੋ ਜੂ ਇਹ। ਕਿੱਥੋਂ ਆਈ ਸੰਗਤ ਜੀ? ਇਹ ਪਾਕਿਸਤਾਨ ਤੋਂ ਆਏ ਨੇ ਜੀ, ਆਪਾਂ ਪੰਜਾਬ ਲੁਧਿਆਣਾ ਤੋਂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਪਾਕਿਸਤਾਨ ਵਾਲੇ ਅੱਜ ਵਾਹਵਾ ਟੱਕਰ ਗਏ, ਕਿੰਨੇ ਕੁ ਆਏ ਤੁਸੀਂ? ਜੱਥਾ ਆਇਆ ਇਕੱਠਾ ਨਾ? ਹਾਂ, ਜੱਥਾ ਆਇਆ ਜੀ। ਕਿੰਨੇ ਬੰਦੇ ਆਏ ਹੋ? ਅਸੀਂ ਤੇ 86 ਬੰਦੇ ਆ। 86 ਬੰਦੇ, ਹਾਂ ਠੀਕ ਹੈ। ਤੁਹਾਡਾ ਖਰਚਾ ਪਾਣੀ ਕੀ ਹਿਸਾਬ ਕਿਤਾਬ ਕਰਿਆ ਉਹਨਾਂ ਨੇ? ਹਿਸਾਬ ਕਿਤਾਬ
ਜਥੇਦਾਰ ਨੇ ਹਮਾਰੇ ਸੇ ਜੋ ਲਿਆ ਥਾ ਵੋ ਦਿਆ ਥਾ 20,000 ਇੰਡੀਅਨ ਇੰਡੀਅਨ 20,000 ਹਾਂ ਭਾਰਤੀ ਕਰੰਸੀ ਹਾਂ ਠੀਕ ਹੈ ਜੀ ਚਲੋ ਚੰਗੀ ਗੱਲ ਬਾਤ ਹੈ ਕਿਵੇਂ ਲੱਗ ਰਿਹਾ ਭਾਰਤ ਆ ਕੇ ਬਹੁਤ ਅੱਛਾ ਠੀਕ ਹੈ ਟ੍ਰਾਂਸਪੋਰਟ ਦਾ ਖਰਚਾ ਹਰਿਦਵਾਰ ਠੀਕ ਹੈ ਜੀ ਉਹ ਵਾਹਿਗੁਰੂ ਜੀ ਵਿਊ ਪੁਆਇੰਟ ਢਾਬਾ ਥੋੜ੍ਹਾ ਜਿਹਾ ਪਿੱਛੇ ਨਿਗਾਹ ਘੁੰਮਾ ਕੇ ਦੇਖਦੇ ਇਦੋਂ ਸੋਹਣਾ ਵਿਊ ਬਣਦਾ ਖੁੱਲ੍ਹੀ ਵੈਲੀ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਗਾ ਅਤੇ ਇੱਥੋਂ ਵਿਊ ਪੁਆਇੰਟ ਕੋਲੋਂ 2 ਕਿਲੋਮੀਟਰ ਹੈਗਾ ਘਾਂਗਰੀ ਅੱਗੇ ਮਤਲਬ ਗੋਬਿੰਦ ਧਾਮ ਆ ਮੈਂ ਕਿੱਧਰ ਫਸ ਗਿਆ ਵਿਚਾਲੇ ਜੀ ਲੰਘ ਜਾਓ ਬਾਈ ਲੰਘ ਜਾਓ ਲੰਘ ਜਾਓ ਚਲੋ ਮਿੱਤਰੋ ਅਤੇ ਉਹ ਮਿੱਤਰ ਖੜ੍ਹਾ ਆਪਣਾ ਸੰਦੀਪ ਅਤੇ ਸੰਦੀਪ ਦੇ ਕੰਨ ਕੋਲ ਦੀ ਦੇਖਦਾ ਹੋਇਆ ਬੋਰਡ ਜੀ 'ਤੇ ਲਿਖਿਆ ਹੋਇਆ ਘਾਂਗਰੀਆ 2 ਕਿਲੋਮੀਟਰ ਇੱਥੇ ਹੀ ਗੋਬਿੰਦ ਧਾਮ ਹੀ ਇਹ ਘਾਂਗਰੀਆ ਪਿੰਡ ਅੱਗੇ ਆਇਆ ਸੰਦੀਪ ਆ ਇੱਥੇ ਇੱਕ ਪੱਥਰ 'ਤੇ ਨਿਸ਼ਾਨਦੇਹੀ ਕੀਤੀ ਹੋਈ ਆ ਘਾਂਗਰੀਆ 2 ਕਿਲੋਮੀਟਰ ਗੋਬਿੰਦ ਘਾਟ 14 ਕਿਲੋਮੀਟਰ ਠੀਕ ਹੈ ਉਹ ਸੋਹਣਾ ਨਜ਼ਾਰਾ ਵਾਟਾਂ ਵੱਟਦਾ ਤੁਰਿਆ ਜਾਂਦਾ ਹੈ ਨਾ ਸ਼ਾਇਦ ਵੀ ਨੌਜਵਾਨ ਹਾਂ ਬਾਸਕਿਟ ਦੀ ਗੱਲ ਕਰਦੇ ਜਿਹੜੀ ਐਂ ਭਾਈ ਇਹ ਬੰਦਾ ਬਿਠਾ ਕੇ ਲੈ ਜਾਂਦੇ ਆ ਕਿਰਾਇਆ ਭਾੜਾ ਲਗਭਗ ਸੇਮ ਹੀ ਹੋਊਗਾ ਹਨਾ ਸੰਦੀਪ ਹਾਂ 2,000 ਜਿਵੇਂ ਆਹ ਮਿੱਤਰ ਕਹਿੰਦਾ ਸੀਗਾ ਅੱਗੇ ਬੈਗਾਂ ਦਾ ਆਏ ਦਾ 2,000 ਕਹਿੰਦਾ ਸੀ ਇਹ 2,000 ਹੀ ਉਹ ਹੋਊਗਾ ਭਾਰ ਲਗਭਗ ਹਾਂ ਬਸ ਇਹ ਥੋੜ੍ਹਾ ਜਿਹਾ ਦੇਖ ਲਾ ਹਨਾ ਢਿੱਡ ਖਾਤਰ ਬੰਦੇ ਹਾਂ ਇੱਧਰ ਆ ਜਾ ਇਹੋ ਜਿਹੇ ਸ਼ਾਰਟਕੱਟ ਵੀ ਬਣੇ ਹੁੰਦੇ ਆ ਬਾਈ ਰਸਤੇ ਥੋੜ੍ਹੇ ਜਿਹੇ ਐਸੇ ਸ਼ਾਰਟਕੱਟ ਰਸਤਿਆਂ 'ਤੇ ਜਾਣਾ ਨਹੀਂ ਚਾਹੀਦਾ ਪਰ ਜੇ ਤਜਰਬਾ ਹੈਗਾ ਪਹਿਲਾਂ ਆਪਣਾ ਤਾਂ ਚੱਲ ਸਕਦੇ ਹਾਂ ਅਤੇ ਇਹਦੇ 'ਤੇ ਉਹ ਟ੍ਰੇਲ ਨਾਲ ਚੱਲਣਾ ਥੋੜ੍ਹਾ ਜਿਹਾ ਸੌਖਾ ਹੁੰਦਾ ਪਰ ਬਿੱਛੂ ਬੂਟੀ ਤੋਂ ਬਚ ਕੇ ਉਦੋਂ ਜਦੋਂ ਆਪਣੇ ਕੋਈ ਸ਼ਾਰਟ ਸ਼ੂਟ ਪਾਇਆ ਹੋਵੇ ਇਹੋ ਜਿਹੇ ਥਾਵਾਂ 'ਤੇ ਲੋਅਰ ਪਾ ਕੇ ਆਉਣਾ ਚੰਗੀ ਗੱਲ ਹੁੰਦੀ ਆ ਆਹ ਲਾਉਂਦੇ ਫਿਰਦੇ ਆ ਚੋਪਰ ਗੇੜੇ 8 ਕੁ ਮਿੰਟਾਂ 'ਚ ਦੁਬਾਰੇ ਆ ਜਾਂਦਾ ਇੱਧਰੋਂ ਤਾਂ ਨੇੜੇ ਆ ਉੱਧਰ ਹੀ ਗੱਲ ਕਰਦਾ ਇਹ ਧੁਰ ਤੋਂ ਲੈ ਕੇ ਧੁਰ ਤੱਕ 6-3 ਕੁ ਮਿੰਟਾਂ ਦੀ ਰਾਹ ਵੈਸੇ ਤਾਂ ਇਹਦਾ ਫਿਰ ਸਵਾਰੀ ਸਵਾਰੀ ਚੜ੍ਹਾਉਂਦਾ 1-2 ਮਿੰਟ ਲਾ ਹੀ ਦਿੰਦਾ ਗਾ ਹੈਂ ਕਿਹਨੂੰ ਤੈਨੂੰ ਚੜ੍ਹਾਉਂਦੇ ਸੀ ਤੂੰ ਚੜ੍ਹਿਆ ਨਹੀਂ ਹੈ ਠੀਕ ਹੈ ਤੂੰ ਜੋਰਾ ਭਰ ਆਣਾ ਚੋਬਰ ਠੀਕ ਹੈ 3:30 ਵਜੇ ਦਾ ਸਮਾਂ ਅਤੇ ਘਾਂਗਰੀ ਆਪਾਂ ਪਹੁੰਚ ਗਏ ਹਾਂ ਮੱਠੇ ਮੱਠੇ ਸੁਭਾਅ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਕੁਦਰਤ ਦਾ ਆਨੰਦ ਲੈਂਦੇ ਹੋਏ ਅਤੇ ਇੱਧਰ ਸਾਹਮਣੇ ਉਹ ਵਗਦੇ ਹੋਏ ਛੋਟੇ ਛੋਟੇ ਝਰਨੇ ਜਿਹੜੇ ਟੀਸੀਆਂ 'ਤੇ ਬਰਫ਼ ਪਈ ਹੁੰਦੀ ਆ ਧੁੱਪਾਂ ਪੈਂਦੀਆਂ ਨੇ ਧੁੱਪਾਂ ਪੈ ਕੇ ਉਹ ਖੁਰਦੇ ਆ ਅਤੇ ਨੀਚੇ ਆ ਕੇ ਫਿਰ ਨਦੀਆਂ ਨਾਲੇ ਬਣਦੇ ਨੇ ਅਤੇ ਉਹ ਸਾਹਮਣੇ ਘਾਂਗਰੀਆ ਦਾ ਹੈਲੀਪੈਡ ਅਤੇ ਉਹ ਚੋਬਰ ਲਾਉਣ ਗਿਆ ਹੋਇਆ ਗੇੜਾ ਹੈਲੀਕਾਪਟਰ ਵਾਲਾ ਦੁਬਾਰੇ ਮੁੜ ਕੇ ਆਉਂਦਾ ਅਤੇ ਉਹਦਾ ਆਪਾਂ ਸੀਨ ਜਾਂ ਆਪਾਂ ਫਿਲਮਾਉਂਦੇ ਹਾਂਗੇ
ਗੱਲਬਾਤ ਦਿਖਾਉਂਦੇ ਹਾਂ ਸਾਰੀ। ਇਹ ਹੈ ਜੀ ਪਿੰਡ ਘਾਂਗਰੀਆ ਅਤੇ ਇੱਥੇ ਦੋ ਹੈਲੀਪੈਡ ਬਣੇ ਹੋਏ ਨੇਗੇ, ਆਹ ਵਾਲਾ ਨਵਾਂ ਗਾ ਅਤੇ ਉਹ ਜਮ੍ਹਾਂ ਪੁਰਾਣਾ ਪਹਿਲੀਆਂ ਵਾਲਾ, ਅਤੇ ਉੱਧਰ ਭਾਈ ਹੈਲੀਕਾਪਟਰ ਸਾਹਿਬ ਜਿਨ੍ਹਾਂ ਨੂੰ ਅੱਜ ਬਿਲਕੁਲ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਆਪਾਂ ਨੂੰ, ਅਤੇ ਉਹ ਥੱਲੇ ਖੜੀਆਂ ਸਵਾਰੀਆਂ ਹੁਣੇ ਚੜ੍ਹਾ ਕੇ ਇਹ ਮੁੜ ਜੂਗਾ ਅਤੇ ਉੱਧਰੋਂ ਲਿਆ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਉਤਾਰ ਦੂਗਾ। ਆਹ ਕਰ ਲਿਆ ਡੇਢਾ ਜਿਹਾ ਕੰਮ। ਕਣ ਪੂਰੀ ਜ਼ਿਆਦੇ ਵਗੀ ਜਾਂਦੀ ਹੈਗੀ, ਉਦੋਂ ਤੱਕ ਹਵਾ ਦਾ ਪੂਰਾ ਦਬਾਅ ਬਣਿਆ ਹੋਇਆ। ਆਹ ਥੱਲੇ ਵਾਲੇ ਦੇਖੋ ਆਹ ਕਿਵੇਂ ਹੱਲਣ ਲੱਗ ਗਏ ਜਦੋਂ ਆ ਕੇ ਉਤਰਿਆ ਉਹ। ਦੁਬਾਰਾ ਇੱਕ ਮਿੰਟ ਵੀ ਨਹੀਂ ਖੜਦਾ ਇਹ, ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਵਾਪਸ ਮੁੜ ਜੂਗਾ ਇਹ, ਪਹਿਲਾਂ ਵਾਲੀਆਂ ਸਵਾਰੀਆਂ ਤਾਰੂ ਆ ਅਤੇ ਹੁਣੇ ਵਾਪਸ ਮੁੜ ਜੂਗਾ। ਜੈਕ ਕਰਦੀ ਟਾਕੀ ਬੰਦ, ਚੱਲ ਬਾਈ ਓਏ ਤੇਲ ਮੱਚੀ ਜਾਂਦਾ। ਕਰਤੀ ਰੇਸ ਜਿਹੜੀ ਅੱਜ ਨੇੜੇ ਤੋਂ ਦੇਖ ਲਈ ਆਪਾਂ, ਅਤੇ ਇੱਧਰ ਨੌਜਵਾਨਾਂ ਦਾ ਸਾਰਿਆਂ ਦਾ ਲੱਗਿਆ ਹੋਇਆ ਕੈਮਰਿਆਂ 'ਤੇ ਜ਼ੋਰ, ਫੋਕਸ ਔਨ ਦਾ ਹੈਲੀਕਾਪਟਰ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਪਹੁੰਚਣ ਵਾਸਤੇ ਆਪਾਂ ਨੂੰ 7 ਘੰਟੇ ਦਾ ਸਮਾਂ ਲੱਗਿਆ। ਆਰਾਮ ਨਾਲ ਮੱਠੇ ਸੁਭਾਅ ਨਾਲ ਵੀਡੀਓ ਬਣਾਉਂਦੇ, ਗੱਲਾਂ ਬਾਤਾਂ ਕਰਦੇ, ਕੁਦਰਤ ਦਾ ਨਜ਼ਾਰਾ ਦੇਖਦੇ ਆਏ ਹਾਂ, ਅਤੇ 7-8 ਮਿੰਟਾਂ 'ਚ ਬਾਈ ਦੁਬਾਰੇ ਮੁੜ ਕੇ ਆ ਗਿਆ। ਜੇ ਕਿਸੇ ਨੇ ਹੈਲੀਕਾਪਟਰ ਦਾ ਨਜ਼ਾਰਾ ਦੇਖਣਾ ਤਾਂ 5-6 ਮਿੰਟਾਂ ਦੀ ਨਜ਼ਾਰਾ ਹੁੰਦਾ ਇਹ, ਅਤੇ ਤੁਸੀਂ ਇਹਦਾ ਐਕਸਪੀਰੀਅੰਸ ਇੱਥੇ ਕਰ ਸਕਦੇ ਹੋ ਜੀ। ਟੂਰਿਸਟ ਰੈਸਟ ਹਾਊਸ ਘਾਂਗਰੀਆ, ਅਤੇ ਦੇਖਦੇ ਹਾਂ ਘਾਂਗਰੀਆ ਨੂੰ ਜਾ ਕੇ ਇਹਦੀ ਗੱਲਬਾਤ ਕਿਹੋ ਜਿਹੀ ਆ। ਅਤੇ ਫਿਲਹਾਲ ਇੱਥੇ ਪਹੁੰਚ ਕੇ ਭਾਈ ਠੰਡ ਹੋ ਗਈ ਆ, ਅਤੇ ਤਾਪਮਾਨ ਇਸ ਵਕਤ 15 ਡਿਗਰੀ ਹੋ ਗਿਆ ਜੀ। ਕਿਉਂ ਜੀ? ਹਾਂਜੀ ਬਾਈ ਜੀ, ਗੁਰਬਰਾੜ, ਗੁਰਬਰਾੜ ਬਲੌਗਸ। ਉਚਾਈ ਜਿਹੜੀ ਇੱਥੋਂ ਦੀ ਹੈਗੀ ਆ ਸਮੁੰਦਰੀ ਤਲ ਤੋਂ ਬਾਈ ਇਸ ਵਕਤ ਆਪਣੇ 3010 ਮੀਟਰ, ਲਗਭਗ 10,000 ਫੁੱਟ ਦੀ ਉਚਾਈ 'ਤੇ ਆ, 9910 ਕੁ ਫੁੱਟ ਬਣਦੇ ਆ ਇਹ। ਅਤੇ ਬਾਕੀ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਅਤੇ ਅਗਲੀ ਗੱਲਬਾਤ ਫਿਰ ਕਰਦੇ ਹਾਂ। ਤੁਸੀਂ ਕਿੱਥੋਂ ਆਏ ਬਾਈ ਜੀ? ਜੰਮੂ ਤੋਂ। ਜੰਮੂ ਤੋਂ ਲੈ ਲਈ ਤੁਹਾਨੂੰ ਵੀਡੀਓ 'ਚੋਂ? ਠੀਕ ਹੈ ਜੀ। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਹਰਮਿੰਦਰਪਾਲ ਸਿੰਘ। ਹਾਂਜੀ, ਤੁਹਾਡਾ? ਦਮਨਪ੍ਰੀਤ ਸਿੰਘ। ਠੀਕ ਹੈ ਬਾਈ ਜੀ। ਕੈਂਪ ਵੈਲੀ ਆਫ ਫਲਾਰਸ, 10,003 ਫੁੱਟ ਇਹਨਾਂ ਨੇ ਇੱਥੇ ਲਿਖਿਆ ਹੋਇਆ ਹੈਗਾ, ਬਸ 10,000 ਦੇ ਆਸ ਪਾਸ ਹੀ ਹੈ ਇਹ ਸਾਰਾ। ਕੀ ਬਣਿਆ, ਟੂਰਿਸਟ ਸਪੋਟ ਆ ਜਾਂ ਕਿਵੇਂ ਕੁਛ ਆ, ਇਹਦੇ ਬਾਰੇ ਆਪਾਂ ਜਾਣਕਾਰੀ ਲੈ ਕੇ ਤੁਹਾਨੂੰ ਫਿਰ ਦੱਸਦੇ ਹਾਂ ਵੀਡੀਓ 'ਚ। ਕੋਈ ਕੋਈ ਕਣੀ ਜੀ ਡਿੱਗਣੀ ਸ਼ੁਰੂ ਹੋ ਗਈ ਪਹਾੜਾਂ 'ਚ, ਇਹ ਗੱਲ ਨੋਰਮਲ ਹੁੰਦੀ ਹੈ ਕਿ ਦੁਪਹਿਰ ਬਾਅਦ ਮੌਸਮ ਖਰਾਬ ਹੋ ਜਾਂਦਾ। ਅਤੇ ਜਿਹੜੀਆਂ ਝੋਪੜੀਆਂ ਦੀ ਗੱਲ ਕਰਦੇ ਸੀ, ਇਹ ਆਰਮੀ ਕੈਂਪ, ਆਰਮੀ ਦੇ ਬੰਦਿਆਂ ਵਾਸਤੇ
ਸਪੈਸ਼ਲ ਆ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ, ਚੜ੍ਹਦੀ ਕਲਾ 'ਚ ਰੱਖੇ ਬਾਈ ਤੁਹਾਨੂੰ ਵੀ ਵਾਹਿਗੁਰੂ। ਤਾਂ ਆਪਦੇ ਜਿਹੜੀਆਂ ਬਰਸਾਤੀਆਂ ਜਾਂ ਆਪਦੇ ਉਹ ਦੂਜੇ ਝੱਗੇ ਜਿਹੇ ਹੁੰਦੇ ਉੱਤੇ ਪਾਉਣ ਵਾਲੇ ਮੀਂਹ ਤੋਂ ਰੋਕਣ ਵਾਲੇ, ਉਹ ਆਪਦੇ ਭਾਈ ਬੈਗ ਦੇ ਆਸ ਪਾਸ ਬਾਹਰਲੇ ਪਾਸੇ ਰੱਖਿਆ ਕਰੋ ਜੀ। ਤਾਂ ਆ ਕੇ ਭਾਈ ਸਾਹਿਬ ਲਗਾਤਾਰ ਲਾਉਂਦੇ ਹੋਏ ਗੇੜੇ, ਉਹ ਦੇਖੋ ਸਾਰੇ ਜਾਣੇ ਕਦਮ ਕਦਮ ਨਾਲ ਕਦਮ ਲੈ ਕੇ ਚੱਲਦੇ, ਇੱਕੋ ਹੀ ਪੈਰ ਚੱਕਦੇ ਆ ਸਾਰੇ। ਹੋ ਪਹੁੰਚ ਗਏ ਬਾਈ ਨੌਜਵਾਨ ਟਾਈਮ ਦੇ ਨਾਲ ਹੀ ਪਿੰਡ ਘਾਂਗਰੀਆ, ਅਤੇ ਇੱਥੇ ਬਹੁਤ ਸਾਰੇ ਪਹਿਲੀਆਂ 'ਚ ਹੋਟਲ ਮੱਥੇ ਲੱਗੇ ਨੇਗੇ, ਪ੍ਰਾਈਵੇਟ ਰੂਮ ਕਿਸੇ ਨੇ ਲੈਣਾ, ਅਤੇ ਇਸ ਦੇ ਨਾਲ ਹੀ ਅੱਗੇ ਥੋੜ੍ਹਾ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਨੇ, ਅਤੇ ਉੱਥੇ ਪਹੁੰਚਦੇ ਹਾਂ ਹੁਣ। ਇੱਧਰੋਂ ਬੈਲੀਆਂ ਦੀ ਪੰਚਾਇਤ ਇਕੱਠੀ ਹੋਈ ਫਿਰਦੀ ਆ, ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਗੋਬਿੰਦ ਧਾਮ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ। ਵਾਹਿਗੁਰੂ ਜੀ ਸਮਾਂ ਹੋਇਆ ਇਸ ਵਕਤ 6 ਵਜੇ, ਗੁਰਦੁਆਰਾ ਸਾਹਿਬ ਵਿਖੇ ਆਪਾਂ ਖੜ੍ਹੇ ਹਾਂ, ਅਤੇ ਹਾਲ 'ਚ ਐਂਟਰੀ ਪਵਾ ਲਈ ਸੀ ਆਪਾਂ, ਉੱਥੇ ਬੈਗ ਝੋਲੇ ਰੱਖ ਕੇ ਆਪਣੇ ਲੰਗਰ ਪ੍ਰਸ਼ਾਦਾ ਪਾਣੀ ਛਕ ਲਿਆ, ਅਤੇ ਇੱਥੇ ਇੱਕ ਆਹ ਦਰਖਤ ਹੈਗਾ ਜਿਹਦੇ 'ਚ ਫੌਜੀ ਬਾਬਾ ਮੋਦਨ ਸਿੰਘ ਜੀ ਪੈਂਦੇ ਹੁੰਦੇ ਸੀ, ਜਿਨ੍ਹਾਂ ਨੇ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਖੋਜ ਕੀਤੀ ਸੀ। ਅਤੇ ਆ ਉਹ ਦਰਖਤ ਆ, ਕਹਿੰਦੇ ਨੇ ਇੱਥੇ ਉਹ ਫੌਜੀ ਬਾਬਾ ਪੈਂਦੇ ਹੁੰਦੇ ਸੀਗੇ ਉਹਨਾਂ ਵੇਲਿਆਂ 'ਚ, ਅਤੇ ਵਿੱਚ ਬਾਬਾ ਖੁੱਲ੍ਹਾ ਥਾਂ, ਅਤੇ ਉਦੋਂ ਦਾ ਇਹ ਦਰਖਤ ਹਲੇ ਕਾਇਮ ਆ। ਸੁਣਨ 'ਚ ਆਇਆ 1937 'ਚ ਉਹਨਾਂ ਨੇ ਖੋਜ ਕਰੀ ਸੀ, ਉਸ ਵੇਲੇ ਦੀ ਇਹ ਗੱਲ ਹੈਗੀ। ਬਾਕੀ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ, ਠੰਡ ਬਹੁਤ ਜ਼ਿਆਦਾ ਹੈ ਇਸ ਵਕਤ। ਜਾਣਾ ਬਾਹਰ ਬਾਜ਼ਾਰ ਦੇਖ ਕੇ ਆਉਣਾ, ਦੇਖ ਕੇ ਥੋੜ੍ਹਾ ਫਿਰ ਪੈਂਦੇ ਹਾਂ, ਚੱਲ ਵੜਦੇ ਹਾਂ, ਥੋੜ੍ਹੀ ਠੰਡ ਵਾਲੀ ਹੈ, ਠੰਡ ਰਲ ਵਾਲੀ, ਉੱਤੋਂ ਆਪਾਂ ਚੱਪਲਾਂ 'ਚ। ਵਾਹਿਗੁਰੂ ਜੀ ਵਾਹਿਗੁਰੂ ਜੀ, ਬਾਬਾ ਜੀ ਦੇ ਦਰਸ਼ਨ ਆਪਾਂ ਬਾਹਰੋਂ ਬਾਹਰੋਂ ਕਰ ਲੈਂਦੇ ਹਾਂ, ਬਾਕੀ ਸਵੇਰੇ ਨਹਾ ਧੋ ਕੇ ਇਸ਼ਨਾਨ ਕਰਕੇ ਦਰਸ਼ਨ ਕਰਾਂਗੇ, ਨਹਾ ਧੋ ਕੇ। ਵਾਹਿਗੁਰੂ ਜੀ ਛੇ ਵੱਜ ਕੇ 6 ਮਿੰਟ ਦਾ ਸਮਾਂ, ਅਤੇ ਉਹ ਸਾਹਮਣੇ ਵਾਲੀਆਂ ਚੋਟੀਆਂ ਬਰਫ਼ ਦੀਆਂ ਲੱਦੀਆਂ ਹੋਈਆਂ ਦਿਖਦੀਆਂ ਨੇ, ਤੜਕੇ ਆਪਾਂ ਇੱਧਰ ਨੂੰ ਚੜ੍ਹਾਈ ਸ਼ੁਰੂ ਕਰਨੀ ਆ। ਅਤੇ ਇੱਕ ਬਾਜ਼ਾਰ 'ਚ ਮੋਟਾ ਜਿਹਾ ਭਲਵਾਨੀ ਗੇੜਾ ਕੱਢਣ ਆਏ ਸੀ, ਅਤੇ ਬਾਜ਼ਾਰ 'ਚ ਇੱਥੇ ਹੀ ਬਸ ਉਹੀ ਸਮਾਨ ਆ ਜਿਹੜਾ ਪਿੱਛੇ ਗੋਬਿੰਦ ਘਾਟ 'ਤੇ ਆਪਾਂ ਦੇਖਿਆ ਸੀ, ਲੋੜੀਂਦਾ ਸਮਾਨ, ਕੁਛ ਟਾਵੇਂ ਟੱਲੇ ਹੋਟਲ, ਕੋਈ ਤੁਸੀਂ ਮਿੱਠਾ ਕਰਾਰਾ ਖਾਣਾ, ਕੋਈ ਸਮੋਸੇ ਮੋਮੋਜ ਵਗੈਰਾ, ਗੁਲਾਬ ਜਾਮਣਾ, ਇਹੋ ਜਿਹਾ ਸਿਸਟਮ ਆ। ਅਤੇ ਬਾਕੀ ਇੱਥੇ ਵੀ ਉਹੀ ਹਾਲ ਹੈਗਾ, ਪ੍ਰਾਈਵੇਟ ਹੋਟਲ ਵੀ ਹੈਗੇ ਨੇ, ਪ੍ਰਾਈਵੇਟ ਰੂਮ ਕਿਸੇ ਨੇ ਆਪਦਾ ਪਰਸਨਲ ਲੈਣਾ, ਅਤੇ ਨਹੀਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਨੇ ਉੱਥੇ ਆਪਦਾ ਹਾਲ ਬੁੱਕ ਕਰਾ ਲੈਣੇ ਅਸੀਂ, ਫਰੀ ਆਫ ਕੋਸਟ ਆ, ਬਸ ਐਂਟਰੀ ਪਵਾਉਣੀ ਹੁੰਦੀ ਹੈਗੀ। ਕਿਵੇਂ ਆ ਬਾਜ਼ਾਰ ਦੇਖਿਆ? ਹਾਂ, ਨੌਜਵਾਨ ਕਹਿੰਦਾ ਹੁਣ ਤਾਂ ਬਾਈ ਪੈਣ ਦਾ ਹੀ ਫਾਇਦਾ ਹੈਗਾ, ਠੰਡ ਕਾਫ਼ੀ ਤੇਜ਼ ਹੋ ਚੁੱਕੀ ਆ, ਮੈਨੂੰ ਲੱਗਦਾ ਇਸ ਵੇਲੇ ਟੈਂਪਰੇਚਰ ਪਹੁੰਚ ਗਿਆ ਹੋਊਗਾ 6 ਦੇ ਲਵੇ, 8 ਸੀ ਪਹਿਲਾਂ ਉਦੋਂ, ਇੱਥੇ ਤਾਂ ਬਸ ਉਸ ਸਕਿੰਟਾਂ ਦੇ ਹਿਸਾਬ ਨਾਲ ਡਿੱਗਦਾ ਹੈਗਾ। ਸਵੇਰੇ ਕਿੰਨਾ? 2 ਡਿਗਰੀ ਤੱਕ, 2 ਡਿਗਰੀ 'ਤੇ ਕੱਲ੍ਹ ਨੂੰ ਆਪਾਂ ਬਾਈ ਉੱਥੇ ਜਿੱਥੇ ਅੱਗੇ ਚੜ੍ਹਾਈ ਕਰਨੀ ਹੇਮਕੁੰਟ ਸਾਹਿਬ, ਉੱਥੇ ਤਾਂ ਬਾਈ ਘਟਾਓਆਂ 'ਚ ਹੋਊਗਾ ਤਾਪਮਾਨ, ਅਤੇ ਉੱਥੇ ਦਾ ਹਾਲ ਉੱਥੇ ਜਾ ਕੇ ਦੇਖਾਂਗੇ। ਫਿਲਹਾਲ
ਇੱਥੋਂ ਦਾ ਨਜ਼ਾਰਾ ਇਹ ਹੈਗਾ ਕਿ ਠੰਡ ਨਾਲ ਨੌਜਵਾਨ ਹੁਣੀ ਕੁੰਗਲੀ ਜਾਂਦੇ ਹੈਗੇ 7-8 ਡਿਗਰੀ 'ਚ ਸਮਾਂ ਹੋਇਆ ਬਈ 7:15 ਦਾ ਹਾਲ ਆ ਮੱਲ ਲਿਆ ਆ ਕੇ ਸੋਹਣਾ ਮਾਹੌਲ ਆ ਠੀਕ ਆ ਕੁਛ ਲੋਕ ਗੱਲੀ ਬਾਤੀ ਭਿੜੇ ਹੋਏ ਆ ਅਤੇ ਕੁਛ ਸਾਡੇ ਵਰਗੇ ਕੰਬਲ ਲੈ ਕੇ ਲਮਨੇਟ ਹੋ ਹੀ ਜਾਂਦੇ ਆ ਕਿਵੇਂ ਰਿਹਾ ਬਾਈ ਅੱਜ ਦਾ ਸਫ਼ਰ ਸਫ਼ਰ ਬਾਈ ਵਧੀਆ ਰਿਹਾ ਆਰਾਮਦਾਇਕ ਸੀ ਆਰਾਮਦਾਇਕ ਸੀ ਹਾਂ ਵਧੀਆ ਸੀਗਾ ਬਾਈ ਸ਼ਾਨਦਾਰ ਸੀਗਾ ਅਤੇ ਆਪਦਾ ਸਰਾਣੇ ਗਰੇਡ ਰੱਖ ਲਿਆ ਅਤੇ ਚਾਰਜ ਲਾ ਲਿਆ ਟੈਲੀਫੋਨ 'ਤੇ ਕੱਲ੍ਹ ਨੂੰ ਸਵੇਰੇ ਮਾਹੌਲ ਪੂਰਾ ਕਹਿੰਦੇ ਕੈੜਾ ਹੋਣ ਵਾਲਾ ਅਤੇ ਠੰਡ ਵੀ ਬਹੁਤ ਜ਼ਿਆਦਾ ਹੋਣ ਵਾਲੀ ਆ ਹੈਂ ਠੰਡ ਹੁਣ ਵੀ ਬਹੁਤ ਹਾਂ ਸਫ਼ਰ ਕੱਲ੍ਹ ਦਾ ਦਿਲਚਸਪ ਹੋਊਗਾ ਜਿਹਦੇ ਵਾਸਤੇ ਆਏ ਹਾਂ ਸ਼੍ਰੀ ਹੇਮਕੁੰਟ ਸਾਹਿਬ ਜੀ ਕੱਲ੍ਹ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਕਰਵਾਵਾਂਗੇ ਫਿਲਹਾਲ ਟੇਕਦੇ ਹਾਂ ਇੱਥੇ ਇਸ ਟਿਕਾਣੇ 'ਤੇ ਅਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਸਾਡੇ ਸਫ਼ਰ ਨਾਲ ਸਫ਼ਰ ਦੇ ਨਾਲ ਅਤੇ ਕੱਲ੍ਹ ਦੀ ਵੀਡੀਓ ਦੀ ਉਡੀਕ ਕਰਿਓ ਅਤੇ ਮਿਲਦੇ ਕੱਲ੍ਹ ਨੂੰ ਸਵੇਰੇ 7 ਵਜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ